राज भाग की निशानी छड के बौकर ते झाड़ू क्यों फड़िया होया कोई मैं दस सकता है दलील दे नाल कि राज भाग तुहानू दे के फिर आपने झाड़ू ते बौकरां चक लिया फिर पिछे चले गए हैं फिर दूसरी समझ नहीं मैनू आती कि जिहड़ी बहुजन समाज पार्टी सी 1999 दे विच असी समझौते दे नाल लड़े ते बहुजन पार्टी दा पहली बारी पार्लीमेंट दे विच मैंबर गया भजन लाखा जी ओह साढ़े गठजोड़ दे नाल गए सीगे हुण बहुजन समाज पार्टी ने समझौता कर लिया बादल दल दे नाल बादल दल ने 2015 दे विच गुरु ग्रंथ साहब की बेअदबी की थी उसने रल के सरसे दे साथ दे नाल गलियां दे विच गुरु ग्रंथ साहब के अंग रोले दो समेत सैनी ते सुखबीर ने रल के शहीद करते उस इलाके दे कोट कपूरे दे विच फिर जिहड़े धार्मिक आदमी इकट्ठ कर रहे सीगे रोस मजारा कर रहे सीगे उन्हां ते गोली चलाती मैं BSP दे ਜਿਹੜੇ ਵੱਡੇ ਸੂਝਵਾਨ ਹੈ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬਦੀਆਂ ਕੀਤੀਆਂ ਜਦੋਂ ਬਾਬੂ ਸਾਡੇ ਕਾਂਸ਼ੀ ਰਾਮ ਜੀ ਪਾਰਲੀਮੈਂਟ ਦੇ ਵਿੱਚ ਗਏ ਇੱਕ ਮੈਂਬਰ ਨੇ ਉੱਠ ਕੇ ਪੁੱਛਿਆ ਕਿ ਬਾਬੂ ਕਾਂਸ਼ੀ ਰਾਮ ਜੀ ਤੁਹਾਡਾ ਮੈਨੀਫੈਸਟੋ ਕੀ ਹੈ ਬਾਬੂ ਜੀ ਨੇ ਸਿਰਫ ਇੱਕ ਲਫ਼ਜ਼ ਕਿਹਾ ਉਹਨੇ ਪੁੱਛਿਆ ਤੁਹਾਡਾ ਮੈਨੀਫੈਸਟੋ ਕੀ ਹੈ ਬਾਬੂ ਜੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਇਸ ਤੋਂ ਬਾਅਦ ਬੋਲੇ ਨਹੀਂ ਬੈਠ ਗਏ ਆਪਣੀ ਸੀਟ 'ਤੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਆਪਾਂ ਨੇ ਝਾੜੂ ਫੇਰ ਕਿਉਂ ਫੜ ਲਿਆ ਆਪਾਂ ਬਾਦਲ ਦਲ ਦੇ ਨਾਲ ਸਮਝੌਤੇ ਕਿਉਂ ਕੀਤੇ ਹੈ ਕਿਹੜੀ ਗੱਲੋਂ ਕੀਤੇ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਵੋਟ ਪਾਓਗੇ ਇਹ ਸੋਚ ਕੇ ਕਰਿਓ ਕਿ ਜਿਹੜੀ ਪਾਰਟੀ ਆਪਣੇ ਕੀਤੇ ਤੋਂ ਆਪਣੀ ਸੋਚ ਤੋਂ ਡਿੱਗ ਜਾਵੇ ਤਾਂ ਫਿਰ ਉਹ ਪਾਰਟੀ ਜਿਹੜੀ ਬਾਬੂ ਕਾਂਸ਼ੀ ਰਾਮ ਜੀ ਨੇ ਆਪਣੇ ਲਹੂ ਅਤੇ ਪਸੀਨੇ ਦੇ ਨਾਲ ਇੱਕ ਇੱਕ ਪਿੰਡ ਵਿੱਚ ਜਾ ਕੇ ਖੜੀ ਕੀਤੀ ਸੀ ਉਸ ਵੇਲੇ ਸਾਡਾ ਕੈਂਡੀਡੇਟ ਗੁਰਜੰਟ ਸਿੰਘ ਕੱਟੋ ਬਾਬੂ ਜੀ ਦੇ ਨਾਲ ਸੀ ਸਾਰੇ ਪਿੰਡਾਂ 'ਚ ਗਿਆ